ਸਤ ਸ੍ਰੀ ਅਕਾਲ ਜੀ ਜ਼ਿਮੀਦਾਰ ਭਰਾਵੋ ਇਹ ਜਿਹੜੀ ਗੰਨੇ ਦੀ ਵੈਰਾਈਟੀ ਹੈਗੀ ਹੈ ਜੀ ਇਹ ਵੈਰਾਈਟੀ ਹੈਗੀ ਆ ਬਹੁਤ ਹੀ ਘੱਟ ਪਾਣੀ ਲੈਣ ਵਾਲੀ ਤੇ ਬਹੁਤ ਹੀ ਘੱਟ ਬਿਮਾਰੀਆਂ ਇਹਨੂੰ ਪੈਂਦੀਆਂ ਨੇ ਕੀੜਾ ਬਹੁਤ ਘੱਟ ਪੈਂਦਾ ਤੇ ਜਲਦੀ ਗ੍ਰੋਥ ਕਰਦੀ ਆ ਘੱਟ ਪਾਣੀ ਵਾਲੇ ਏਰੀਏ ਜਿਵੇਂ ਗੰਗਾ ਨਗਰ ਦਾ ਏਰੀਆ ਜਾਂ ਜਿੱਥੇ ਵੀ ਘੱਟ ਪਾਣੀ ਹੈਗਾ ਨਾਰਥ ਇੰਡੀਆ ਦੇ ਵਿੱਚ ਉੱਥੇ ਵਧੀਆ ਪਪੂਲਰ ਹੈ ਇਹਦੇ ਗੰਨੇ ਆਪਣੀ ਪੂਰੀ ਤੋਂ ਪੂਰੀ ਡਿਸਟੈਂਸ ਵੀ ਕਾਫੀ ਵਧੀਆ ਹੁੰਦਾ ਥੋੜਾ ਜਿਹਾ ਲਾਲੀ ਚ ਮਾਰਦੀ ਆ ਭਾਏ ਦੀ ਗੰਨੇ ਦੀ ਇਸ ਇਹ ਵੈਰੈਟੀ ਇਹ ਦਾ ਨਾਮ ਹੈਗਾ ਜੀ ਕਾਰਨ 2 CO 07717 ਆਮ ਲੋਕਲ ਇਹਨੂੰ ਲੋਕ ਚਿੱਟੇ ਦੇ ਨਾਮ ਤੋਂ ਵੀ ਕਹਿੰਦੇ ਚਿੱਟਾ ਗੰਨਾ ਤੇ ਇਸ ਦੀ ਬਿਮਾਰੀ ਬਹੁਤ ਘੱਟ ਹੈਗੀ ਆ ਕੀੜਾ ਬਹੁਤ ਘੱਟ ਪੈਂਦਾ ਤੇ ਪਾਣੀ ਬਹੁਤ ਸੋਕੇ ਦੇ ਪ੍ਰਤੀ ਸ਼ਹਿਨਸ਼ੀਲ ਹੈਗਾ ਤੇ ਕਾਫੀ ਹਾਈਟ ਕਰ ਜਾਂਦਾ 12 12 ਫੁੱਟ ਤੱਕ ਗੰਨੇ ਦੀ ਇੱਕ ਤਕਰੀਬਨ ਹਾਈਟ ਕਰ ਜਾਂਦਾ ਇਹ ਤੁਸੀਂ ਵੇਖ ਹੀ ਸਕਦੇ ਹੋਗੇ ਇੱਥੇ ਗੰਨਾ ਨਾਲ ਉਧਰ ਦੋ ਵੈਰੈਟੀਆਂ ਹੋਰ ਲੱਗੀਆਂ ਹੋਈਆਂ ਸੀਓ 0238 ਲੱਗੀ ਹੋਈ ਹੈ ਉਧਰਲੀ ਸਾਈਡ ਉਹਦਾ ਹਾਈਟ ਕਾਫੀ ਫਰਕ ਹੈ ਤੇ ਸੀ ਸੀਓ 238 ਤੋਂ ਪਰਲੀ ਸਾਈਡ ਲੱਗੀ ਹੋਈ ਹੈ ਸੀਓ 0118 118 ਵੈਰੈਟੀ ਵੀ ਕਾਫੀ ਚੰਗੀ ਹੈ ਪਰ ਘੱਟ ਜਿੱਥੇ ਪਾਣੀ ਹੈ ਉੱਥੇ ਉਹਦੇ ਲਈ ਸਹਿਣਸ਼ੀਲ ਵਧੀਆ ਹੈਗੀ ਹੈ ਸਤ ਤਰਸਤਾਰ ਵਰਾਈਟੀ ਕਾਫੀ ਵਧੀਆ ਆਦਾ ਤੁਸੀਂ ਵੇਖ ਸਕਦੇ ਹੋ ਸਾਰਾ ਬਾਇਓਮਾਸ ਬਹੁਤ ਵਧੀਆ ਤਿਆਰ ਕਰਦੀ ਆ ਘੱਟ ਪਾਣੀ ਵਾਲੀ ਵਰਾਈਟੀ ਆ ਥੋੜਾ ਜਿਹਾ ਪੱਤਿਆਂ ਦੇ ਜਰੂਰ ਤੇਲੇ ਦੀ ਸ਼ਿਕਾਇਤ ਕਰਕੇ ਕਾਲਾ ਪਣ ਪੱਤਿਆਂ ਦੇ ਆਇਆ ਪਰ ਤੁਸੀਂ ਇਹਦੀ ਫੋਟੋ ਵੇਖ ਸਕਦੇ ਹੋ ਤੇ ਲਿੰਗ ਕਾਫੀ ਵਧੀਆ ਕਰੀ ਆ 10 10 12 12 ਆਨ ਦੀ ਕੀਮਤੀ ਤੇ ਟਿਲਰਿੰਗ ਹੈ ਬੀਜ ਜਰੂਰ ਥੋੜਾ ਜਿਹਾ ਵੱਧ ਪੈ ਗਿਆ ਸੀ ਇਸ ਵਰਾਈਟੀ ਦਾ ਪਰ ਹਾਈਟ ਤੁਸੀਂ ਵੇਖ ਸਕਦੇ ਆਂੀ ਬਹੁਤ ਜ਼ਬਰਦਸਤ ਹਾਈਟ ਕਰੀ ਜ ਨੇ ਜਿੱਥੇ 238 ਨੂੰ ਕੀੜਾ ਜਾਦੇ ਪੈਂਦਾ ਤੇ ਹੁਣ ਬਿਮਾਰੀਆਂ ਬਹੁਤ ਜ਼ਿਆਦੇ ਪੈਣ ਲੱਗੀਆਂ ਉਥੇ ਇਸ ਵੈਰੈਟੀ ਨੂੰ ਘੱਟ ਪਾਣੀ ਤੇ ਘੱਟ ਬਿਮਾਰੀ ਕਰਕੇ ਵਧੀਆ ਹੈ ਸਾਲ ਦੀ ਜੇ ਆਪਾਂ ਗੱਲ ਕਰੀਏ ਇੱਕ ਸਾਲ ਪਿੱਛੇ ਦੋ ਪਾਣੀਆਂ ਦਾ ਫਰਕ ਆਰਾਮ ਨਾਲ ਪਾ ਦਿੰਦੀ ਹੈ ਤੇ ਗੰਗਾਨਗਰ ਰਾਜਸਥਾਨ ਦੇ ਏਰੀਏ ਵਿੱਚ ਜਿੱਥੇ ਦੋ ਪਾਣੀਆਂ ਦਾ ਫਰਕ ਪੈਂਦਾ ਜੀ ਉਥੇ ਇਹ ਵੈਰੈਟੀ ਬਹੁਤ ਵਧੀਆ ਕਾਮਯਾਬ ਹੈਗੀ ਆ ਤੁਸੀਂ ਵੇਖ ਸਕਦੇ ਹੋ ਇਹਦੀ ਹਾਈਟ ਵਗੈਰਾ ਬਹੁਤ ਚੰਗੀ ਆ